ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਂ ਛੋਟੇ ਸਾਹਿਬਜ਼ਾਦਿਆਂ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ, ਜਿਨ੍ਹਾਂ ਨੇ ਆਪਣੀ ਕੌਮ ਖਾਤਰ ਆਪਣੀ ਜਾਨਾਂ ਖਵਾਰ ਦਿੱਤੀਆਂ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਥਾਪਨਾ ਦਿਵਸ ਹੈ। 103 ਸਾਲ ਪੁਰਾਣੀ ਪਾਰਟੀ ਹੋ ਗਈ ਹੈ। ਜੇ ਤੁਸੀਂ ਹਿੰਦੁਸਤਾਨ ਦਾ ਸਿਆਸੀ ਇਤਿਹਾਸ ਦੇਖੋ ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ, ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਕਾਂਗਰਸ ਪਾਰਟੀ ਜਦੋਂ ਬਣਾਈ ਗਈ ਸੀ, ਇੱਕ ਅੰਗਰੇਜ਼ ਨੇ ਬਣਾਈ ਸੀ, ਇਹ ਕਿਸੇ ਹਿੰਦੁਸਤਾਨੀ ਨੇ ਬਣਾਈ ਸੀ, ਅੰਗਰੇਜ਼ ਨੇ ਬਣਾਈ ਸੀ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਵਰਗਾ ਇਤਿਹਾਸ ਮੈਨੂੰ ਲੱਗਦਾ ਕਿਸੇ ਪਾਰਟੀ ਦਾ ਨਹੀਂ ਹੈ। ਆਪ ਜੀ ਸਾਰੇ ਜਾਣਦੇ ਹੋ ਕਿ ਉਸ ਸਮੇਂ ਕੀ ਹਾਲਾਤ ਸੀ ਆਪਣੇ ਮੁਲਕ ਵਿੱਚ, ਉਦੋਂ ਗੁਰੂ ਘਰਾਂ ਵਿੱਚ ਕਿਵੇਂ ਮਹੰਤ ਕਬਜ਼ਾ ਕਰਕੇ ਬੈਠੇ ਸੀ, ਕਿਵੇਂ ਮਹੰਤਾਂ ਨੇ ਉੱਥੇ ਇਹੋ ਜਿਹੀਆਂ ਬੇਅਦਬੀਆਂ ਕੀਤੀਆਂ ਕਿ ਆਪਾਂ ਸਟੇਜ 'ਤੇ ਕਹਿ ਵੀ ਨਹੀਂ ਸਕਦੇ। ਉਸ ਟਾਈਮ ਦੀ ਲੀਡਰਸ਼ਿਪ ਇਕੱਠੀ ਹੋਈ, ਉਹਨਾਂ ਨੇ ਇਕੱਠੇ ਹੋ ਕੇ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ। ਆਜ਼ਾਦ ਕਰਾ ਕੇ ਕਮੇਟੀ ਬਣਾਈ ਗਈ। ਉਹਨਾਂ ਨੇ ਉਦੋਂ ਸੋਚਿਆ ਕਿ ਜੇ ਆਪਾਂ ਨੂੰ ਅੱਗੇ ਤੋਂ ਕੋਈ ਆਪਣੇ ਖਾਲਸਾ ਪੰਥ 'ਤੇ ਹਮਲਾ ਕਰੇ, ਆਪਣੇ ਗੁਰੂ ਘਰਾਂ 'ਤੇ ਹਮਲਾ ਕਰੇ, ਤਾਂ ਆਪਣੇ ਕੋਲ ਘੱਟ ਤੋਂ ਘੱਟ ਇੱਕ ਤਾਕਤ ਚਾਹੀਦੀ ਹੈ, ਇੱਕ ਫੌਜ ਚਾਹੀਦੀ ਹੈ। ਉਹਨਾਂ ਨੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ। ਸ਼੍ਰੋਮਣੀ ਅਕਾਲੀ ਦਲ ਦਾ ਬਣਾਉਣ ਦਾ ਮਕਸਦ ਕੋਈ ਸਰਕਾਰ ਬਣਾਉਣ ਦਾ ਨਹੀਂ ਸੀ, ਮਕਸਦ ਜ਼ੁਲਮ ਦੇ ਖਿਲਾਫ ਲੜਾਈ ਲੜਨਾ, ਬੇਇਨਸਾਫੀ ਦੇ ਖਿਲਾਫ ਲੜਾਈ ਲੜਨਾ, ਧੱਕੇਸ਼ਾਹੀ ਦੇ ਖਿਲਾਫ ਲੜਾਈ ਲੜਨਾ। ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ 103 ਸਾਲ ਦੇ ਇਤਿਹਾਸ ਨੂੰ ਮੈਂ ਤਿੰਨ ਹਿੱਸਿਆਂ 'ਚ ਵੰਡਾਂ, ਪਹਿਲਾ ਹਿੱਸਾ ਕਹਿ ਸਕਦੇ ਹਾਂ ਆਜ਼ਾਦੀ ਤੋਂ ਪਹਿਲੇ ਦਾ, ਦੂਜਾ ਹਿੱਸਾ ਆਜ਼ਾਦੀ ਤੋਂ ਬਾਅਦ ਅਤੇ ਇਸ ਦਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਤੱਕ, ਤੀਜਾ ਹਿੱਸਾ ਇਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਅਗਵਾਈ ਥੱਲੇ, ਸੇਵਾ ਜਦੋਂ ਮੁੱਖ ਸੇਵਾਦਾਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸੌਂਪੀ ਗਈ ਸੀ, ਅਤੇ ਉਹਦੇ ਬਾਅਦ ਦਾ। ਆਜ਼ਾਦੀ ਤੋਂ ਪਹਿਲੇ ਵੀ ਜੇ ਇਤਿਹਾਸ ਦੇਖੀਏ, ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਾਸਤੇ, ਭਾਵੇਂ ਚਾਬੀਆਂ ਦਾ ਮੋਰਚਾ, ਭਾਵੇਂ ਜੈਤੋ ਦਾ ਮੋਰਚਾ, ਭਾਵੇਂ ਕਾਲਾ ਪਾਣੀ ਦੀ ਜੇਲ੍ਹਾਂ 'ਚ ਹੈ, ਭਾਵੇਂ ਫਾਂਸੀ ਦੇ ਪੰਦੇ ਹੈ, ਜੇ ਅੰਗਰੇਜ਼ਾਂ ਨਾਲ ਟੱਕਰ ਲਿੱਤੀ ਤਾਂ ਸਭ ਤੋਂ ਵੱਧ ਅੱਗੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਲੀਡਰਸ਼ਿਪ ਨੇ ਲਿੱਤੀ। ਦੇਸ਼ ਆਜ਼ਾਦ ਹੋਇਆ, ਬੜੇ ਆਪਣੇ ਨਾਲ ਵਾਅਦੇ ਕੀਤੇ ਗਏ ਕਿ ਆਜ਼ਾਦ ਮੁਲਕ ਵਿੱਚ ਬੜੀ ਖੁਸ਼ੀਆਂ ਮਿਲਣਗੀਆਂ, ਬੜੀ ਫੇਅਰਨੈਸ ਹੋਊਗੀ, ਇਨਸਾਫ ਮਿਲੂਗਾ, ਦੇਸ਼ ਨੂੰ ਭਾਸ਼ਾ ਦੇ ਹਿਸਾਬ ਨਾਲ ਵੰਡਿਆ ਗਿਆ, ਇਕੱਲੇ ਆਪਣੇ ਨਾਲ ਵਿਤਕਰਾ ਕੀਤਾ ਗਿਆ। ਆਪਾਂ ਨੂੰ ਪੰਜਾਬੀ ਸੂਬੇ ਦਾ ਮੋਰਚਾ ਲਾਉਣਾ ਪਿਆ। ਜਦੋਂ ਦੇਸ਼ ਵਿੱਚ
ਪਾਣੀਆਂ ਦੀ ਵੰਡ ਹੋਈ, ਉਦੋਂ ਰਿਪੇਰੀਅਨ ਰਾਈਟਸ ਦੇ ਤਹਿਤ ਪਾਣੀ ਵੰਡੇ ਗਏ, ਜਿਹੜੇ ਸੂਬੇ ਦੇ ਵਿੱਚੋਂ ਦਰਿਆ ਵਗਦੇ ਆ ਉਹ ਸੂਬੇ ਨੂੰ ਦਿੱਤੇ ਗਏ। ਪਰ ਆਪਣੇ ਨਾਲ ਫਿਰ ਤੋਂ ਧੱਕਾ ਕੀਤਾ ਗਿਆ, ਇੰਨਾ ਬੇਇਨਸਾਫੀ ਹੋਈ ਪਾਣੀ ਦੀ। ਸਾਰਾ ਕੁਛ ਆਪਣੇ ਵਾਸਤੇ ਪਾਣੀ ਹੈ, ਨਾ ਆਪਣੇ ਕੋਲ ਕੋਈ ਸੋਨੇ ਦੀ ਖਾਨ ਹੈ, ਨਾ ਆਪਣੇ ਕੋਲ ਕੋਈ ਤੇਲ ਨਿਕਲਦਾ, ਨਾ ਕੋਲਾ ਨਿਕਲਦਾ। ਪੰਜਾਬ ਕੋਲ ਪਾਣੀ ਹੈ, ਪਾਣੀ ਸਿਰ 'ਤੇ ਆਪਾਂ ਦੇਸ਼ ਨੂੰ ਅੰਨ ਦਿੰਦੇ ਹਾਂ। ਪਰ ਹੋਇਆ ਕੀ, ਉਸ ਟਾਈਮ ਦੇ ਹੁਕਮਰਾਨਾਂ ਨੇ ਜਿੰਨਾ ਪਾਣੀ ਪੰਜਾਬ ਦਾ ਹੈ, ਇੱਕ ਝਟਕੇ ਨਾਲ, ਇੱਕ ਦਸਤਖਤ ਨਾਲ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਕੋਈ ਰਿਪੇਰੀਅਨ ਰਾਈਟ ਨਹੀਂ, ਕੋਈ ਪੁੱਛਿਆ ਨਹੀਂ ਗਿਆ, ਕੋਈ ਕੈਬਨਿਟ ਦਾ ਮੀਟਿੰਗ ਨਹੀਂ, ਕੋਈ ਪਾਰਲੀਮੈਂਟ ਦਾ ਐਕਟ ਨਹੀਂ, ਕੁਛ ਨਹੀਂ। ਉਹਦੇ ਬਾਅਦ ਫਿਰ ਤੋਂ ਉਹਨਾਂ ਹੁਕਮਰਾਨੀ ਸਰਕਾਰਾਂ ਆਈਆਂ, ਜਿੰਨਾ ਅੱਧਾ ਬਚਿਆ ਸੀ ਉਹਦਾ ਅੱਧਾ ਫਿਰ ਤੋਂ ਹਰਿਆਣੇ ਨੂੰ ਦੇ ਦਿੱਤਾ। ਆਪਾਂ ਜੋ ਪਾਣੀ ਆਪਣੇ ਕੋਲ ਹੈ, ਇਕੱਲਾ 25% ਹੈ ਆਪਣੇ ਦਰਿਆਵਾਂ ਦਾ। ਜੇ ਦਰਿਆ ਹੜਾਉਂਦੇ ਆ ਨੁਕਸਾਨ ਆਪਣਾ, ਜੇ ਪਾਣੀ ਘਟਦਾ ਉਹ ਆਪਣਾ ਪੂਰਾ ਲੈ ਲੈਂਦੇ ਆ, ਆਪਾਂ ਨੂੰ ਘੱਟ ਮਿਲਦਾ। ਇਕੱਲਿਆਂ ਨਹੀਂ, ਆਪਣੇ ਨਾਲ ਪੰਜਾਬੀ ਬੋਲਦੇ ਇਲਾਕੇ ਆਪਾਂ ਨੂੰ ਨਹੀਂ ਦਿੱਤੇ। ਆਪਣਾ ਇਕੱਲਾ ਸੂਬਾ ਦੇਸ਼ ਦਾ ਜਿੱਥੇ ਆਪਣਾ ਕੋਈ ਕੈਪੀਟਲ ਹੈ ਨਹੀਂ। ਜਿਹੜਾ ਤੁਸੀਂ ਜੇ ਤੁਸੀਂ ਇਕਨੋਮਿਕਸ ਪੜ੍ਹੋ, ਜਿਹੜੇ ਕੈਪੀਟਲ ਹੁੰਦੇ ਹੈ ਉਹ ਸੂਬੇ ਦੀ ਸਭ ਤੋਂ ਜ਼ਿਆਦਾ GDP ਉਸ ਕੈਪੀਟਲ ਵਿੱਚੋਂ ਨਿਕਲਦੀ ਹੈ। ਅੱਜ ਬੰਬਈ ਨੂੰ ਮਹਾਰਾਸ਼ਟਰਾ 'ਚੋਂ ਕੱਢ ਲਓ ਬਾਹਰ, ਮਹਾਰਾਸ਼ਟਰਾ 'ਚ ਕੋਈ ਬਚੂਗਾ ਨਹੀਂ। ਅੱਜ ਤੁਸੀਂ ਹੈਦਰਾਬਾਦ ਨੂੰ ਕੱਢ ਦਿਓ, ਕੋਈ ਬੈਂਗਲੌਰ ਨੂੰ ਪਾਸੇ ਕਰ ਦਿਓ, ਬਾਕੀ ਸੂਬੇ 'ਚ ਕੁਛ ਨਹੀਂ ਹੈ, ਕਿਉਂਕਿ ਸਾਰੀ ਇਨਵੈਸਟਮੈਂਟ ਉੱਥੇ ਆ ਜਾਂਦੀ ਹੈ, ਫਿਰ ਉੱਥੇ ਟੈਕਸ ਸਾਰਾ ਕੁਛ ਮਿਲਦਾ। ਆਪਣੇ ਕੋਲ ਹੈ ਹੀ ਨਹੀਂ, ਆਪਣੀ ਜੋ ਪੰਜਾਬ ਦੀ ਚੰਡੀਗੜ੍ਹ ਦੀ ਆਮਦਨ ਹੈ ਉਹ ਸਾਰੀ ਸੈਂਟਰ ਲੈ ਜਾਂਦੀ, ਆਪਣੇ ਕੋਲ ਹੈ ਹੀ ਨਹੀਂ। ਸੋ ਆਹ ਤਾਂ ਆਪਣੇ ਹਾਲਾਤ ਚੱਲਦੇ ਰਹੇ। ਪਰ ਜਦੋਂ ਕੋਈ ਜ਼ੁਲਮ ਦੀ ਲੜਾਈ ਖਿਲਾਫ ਹੋਈ ਦੇਸ਼ ਵਿੱਚ, ਅੱਗੇ ਅਕਾਲੀ ਦਲ, ਐਮਰਜੈਂਸੀ ਲਾਈ ਗਈ। ਜੇ ਦੇਸ਼ ਵਿੱਚ ਜੇ ਕਿਸੇ ਨੇ ਲੜਾਈ ਲੜੀ, ਜੇ ਅੱਗੇ ਹੋ ਕੇ ਐਮਰਜੈਂਸੀ ਨੂੰ ਖਤਮ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਦਾ ਹੈ, ਇਤਿਹਾਸ ਗਵਾਹ ਹੈ। ਤਕਰੀਬਨ 90,000 ਲੋਕ ਪੂਰੇ ਦੇਸ਼ ਵਿੱਚ ਗ੍ਰਿਫਤਾਰ ਕੀਤੇ ਗਏ ਅਤੇ 60,000 ਤੋਂ ਵੱਧ ਇਕੱਲੇ ਪੰਜਾਬ ਦੇ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੋਂ ਕੋਈ ਲੀਡਰ ਨੇ ਪ੍ਰੈਸ ਦੀ ਆਜ਼ਾਦੀ, ਦੇਸ਼ ਦੀ ਆਜ਼ਾਦੀ ਜਿਹੜੀ ਬੰਦ ਕਰ ਦਿੱਤੀ ਸੀ, ਉਸ ਆਜ਼ਾਦੀ ਨੂੰ ਫਿਰ ਤੋਂ ਆਜ਼ਾਦ ਕਰਾਉਣ ਵਿੱਚ ਤੁਹਾਡਾ ਯੋਗਦਾਨ ਰਿਹਾ। ਪਰ ਫਿਰ ਵੀ ਇਨਸਾਫ ਆਪਣੇ ਨਾਲ ਨਹੀਂ। ਭਾਵੇਂ ਕਿਸਾਨ ਦੀ ਗੱਲ ਹੋਏ, MSP ਪਹਿਲੇ ਨਹੀਂ ਹੁੰਦੀ ਸੀ, ਆਹ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕਰਕੇ MSP ਵੀ ਦਵਾਈ। ਫਿਰ ਜੇ ਮੈਂ ਹਿੱਸਾ ਲਵਾਂ, ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਸੇਵਾਦਾਰ ਬਣੇ, ਜਦੋਂ ਆਪਣੀਆਂ ਸਰਕਾਰਾਂ ਬਣਨ ਲੱਗੀਆਂ, ਆਪਣੀ ਜੋ ਲੀਡਰਸ਼ਿਪ ਪੁਰਾਣੀ ਹੈ ਸਾਰੇ ਜਾਣਦੇ ਹੋ, ਉਹਨਾਂ ਨੇ ਕਿਤੇ ਨਹੀਂ ਸੋਚਿਆ ਸੀ ਕਿ ਆਪਾਂ ਲੜਾਈ ਲੜ ਰਹੇ ਹਾਂ ਸਰਕਾਰ ਬਣਾਉਣ ਵਾਸਤੇ। ਆਪਾਂ ਕਿਤੇ ਅਕਾਲੀ ਵਰਕਰ ਅਤੇ ਲੀਡਰ ਨੇ ਸਰਕਾਰ ਬਣਾਉਣ ਵਾਸਤੇ ਲੜਾਈ ਨਹੀਂ ਲੜੀ, ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਕੀਤੀ। ਜੇ ਇਕੱਲੇ ਸਰਕਾਰ ਲੜਾਉਣ ਵਾਸਤੇ ਬਣਾਉਣ ਵਾਸਤੇ ਲੜਾਈ ਲੜਦੇ, ਫਿਰ ਕਿਸੇ ਵਰਕਰ ਨੇ 16-16 ਸਾਲ ਜੇਲ੍ਹਾਂ ਨਹੀਂ ਜਾਣੀਆਂ, ਉਹ ਤਾਂ ਦਿੰਦੇ ਸੀ ਸਰਕਾਰਾਂ ਨਹੀਂ, ਕਿਸੇ ਨੇ ਨਹੀਂ ਕਿਹਾ ਕਿ ਸਾਨੂੰ, ਅਸੀਂ ਤੁਹਾਡੇ ਨਾਲ ਰਲ ਜਾਵਾਂਗੇ। ਸਾਨੂੰ ਜੇਲ੍ਹਾਂ ਜਾਣਾ ਮਨਜ਼ੂਰ ਹੈ, ਆਜ਼ਾਦੀ ਦੇ ਬਾਅਦ
15 ਸਾਲ, 16 ਸਾਲ, 10 ਸਾਲ, ਇਹ ਜੀ ਮਿਸਾਲ ਕਿੱਥੇ ਹੈ? ਕਿਸੇ ਪਾਰਟੀ 'ਚ ਦੱਸੋ, ਕਿਸੇ ਪਾਰਟੀ 'ਚ ਨਹੀਂ ਹੈ ਜਿਹੜੀ ਤੁਹਾਡੀ ਪਾਰਟੀ 'ਚ। ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 103 ਸਾਲ ਦਾ, ਫਿਰ ਤੋਂ ਮੈਂ ਗੱਲ ਕਹਿ ਰਿਹਾ, 103 ਸਾਲ 'ਚ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ, ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ, ਆ ਕੌਮ ਦੀ ਹੈ। ਜਿਸ ਸਮੇਂ ਜਿਸ ਲੀਡਰ ਨੂੰ ਅਗਵਾਈ ਦੀ ਮੌਕੇ ਸੇਵਾ ਦਿੱਤੀ ਜਾਂਦੀ ਹੈ, ਉਹ ਸੇਵਾ ਸੰਭਾਲ ਲੈਂਦਾ ਅਤੇ ਆਪਣੀ ਸੇਵਾ ਪੂਰੀ ਕਰਦਾ ਹੈ। ਸੋ ਸਾਰੇ ਵਰਕਰਾਂ ਨੇ, ਸਾਰੇ ਬਜ਼ੁਰਗਾਂ ਨੇ, ਸਾਰੀ ਲੀਡਰਸ਼ਿਪ ਨੇ ਵੱਖ ਵੱਖ ਟਾਈਮ ਆਪਣਾ ਹਿੱਸਾ ਪਾ ਕੇ ਇਸ ਖਾਲਸਾ ਪੰਥ ਦੀ ਜਥੇਬੰਦੀ ਨੂੰ ਇੰਨਾ ਤਕੜਾ ਰੱਖਿਆ। ਸਤਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਤਕਰੀਬਨ 96 ਸਾਲ ਦੀ ਉਮਰ ਉਹਨਾਂ ਦੀ ਪੂਰੀ ਸੀ, 70 ਸਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਸੇਵਾਦਾਰ ਦੀ ਐਜ਼ ਅ ਮੁੱਖ ਮੰਤਰੀ ਜਾਂ ਐਜ਼ ਅ ਪ੍ਰਧਾਨ ਉਹਨਾਂ ਨੇ ਸੇਵਾ ਸੰਭਾਲ ਕੇ ਅਗਵਾਈ ਕੀਤੀ। ਉਹਨਾਂ ਦੀ ਸੋਚ ਅਤੇ ਸਮੁੱਚੇ ਅਕਾਲੀ ਦਲ ਦੀ ਸੋਚ ਇੱਕੋ ਇੱਕ ਰਹੀ ਹੈ, ਸਰਬੱਤ ਦੇ ਭਲੇ ਦੀ, ਸਾਰਿਆਂ ਦਾ ਸਤਿਕਾਰ ਕਰਨ ਦੀ, ਸਾਰੇ ਧਰਮਾਂ ਨੂੰ ਇਕੱਠੇ ਰੱਖਣ ਦੀ, ਪੰਜਾਬ ਨੂੰ, ਪੰਜਾਬ ਦੇ ਨੂੰ ਤਰੱਕੀ 'ਤੇ ਲੈ ਕੇ ਜਾਣ ਦੀ। ਤੁਸੀਂ ਦੇਖੋ ਸਾਰੇ ਧਰਮਾਂ ਦਾ ਸਤਿਕਾਰ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਸੀ, ਹਿੰਦੂ ਭਾਈਚਾਰਾ ਕਹਿੰਦਾ ਸੀ ਕਿ ਬਾਦਲ ਸਾਹਿਬ ਸਾਡੇ ਹੈ, ਆਹ ਸਰਕਾਰ ਸਾਡੀ ਹੈ, ਕ੍ਰਿਸਚਨ ਕਹਿੰਦੇ ਸੀ ਸਾਡੇ ਹੈ, ਮੁਸਲਿਮ ਭਾਈਚਾਰਾ ਕਹਿੰਦੇ ਸਾਡੇ ਹੈ, ਸਾਰੇ ਧਰਮਾਂ ਦੇ ਪਵਿੱਤਰ ਸਥਾਨ ਬਾਦਲ ਸਾਹਿਬ ਨੇ ਐਜ਼ ਅ ਮੁੱਖ ਮੰਤਰੀ ਆਪ ਖੜ ਖੜ ਕੇ ਸਜਾਏ ਬਣਾਏ। ਖਾਲਸਾ ਪੰਥ ਦੀ ਪਾਰਟੀ ਦੀ ਸੇਵਾ ਸੰਭਾਲੀ, ਸਰਕਾਰ ਬਣੀ। ਬਾਦਲ ਸਾਹਿਬ ਦੀ ਸੋਚ ਸੀ ਕਿ ਆਪਣੀ ਕੌਮ ਦਾ, ਖਾਲਸਾ ਪੰਥ ਦਾ ਵਿਰਸਾ ਸੰਭਾਲਿਆ ਜਾਏ, ਐਡਾ ਗੌਰਵਮਈ ਵਿਰਸਾ ਹੈ, ਆਪਣੀਆਂ ਪੀੜ੍ਹੀਆਂ ਨੂੰ ਪਤਾ ਲੱਗੇ। ਮੈਨੂੰ ਯਾਦ ਹੈ ਜਦੋਂ ਵੀ ਸਰਕਾਰ ਆਉਂਦੀ, ਜਿੰਨਾ ਟਾਈਮ ਮੰਗਦਾ ਉਹਨਾਂ ਦਾ ਘੱਟ ਤੋਂ ਘੱਟ ਅੱਧਾ ਟਾਈਮ ਇਸ ਕੰਮ 'ਚ ਲੱਗਦਾ ਸੀ ਮੀਟਿੰਗਾਂ ਵਿੱਚ, ਕਿ ਵਿਰਾਸਤ ਏ ਖਾਲਸਾ ਕਿਵੇਂ ਬਣਾਉਣਾ ਹੈ, ਛੋਟੇ ਘੱਲੋਘਰਾਂ ਤੱਕ ਕਿਵੇਂ ਬਣਾਉਣਾ ਹੈ, ਵੱਡੇ ਘੱਲੋਘਰਾਂ ਕਿਵੇਂ ਬਣਾਉਣਾ ਹੈ, ਮੰਦਾ ਸਿੰਘ ਬਹਾਦਰ ਦੀ ਯਾਦਗਾਰ ਕਿਵੇਂ ਬਣਾਉਣੀ ਹੈ। ਜੇ ਕੋਈ ਆਪਣੀ ਕੌਮ ਦੀ ਕੋਈ ਸ਼ਤਾਬਦੀ ਆ ਜਾਂਦੀ ਫਿਰ ਪੂਰਾ ਸਮਾਂ ਲੱਗ ਜਾਂਦੇ, ਕਿਵੇਂ ਧੂਮਧਾਮ ਨਾਲ ਬਣਾਉਣਾ ਹੈ। ਇੱਥੋਂ ਤੱਕ ਸੋਚ ਸੀ ਕਿ ਜਦੋਂ ਜਿੱਥੇ ਜਿੱਥੇ ਆਪਣੇ ਗੁਰੂ ਸਾਹਿਬ ਦੇ ਚਰਨ ਛੋਹ ਹੋਏ ਆ ਉਹ ਸ਼ਹਿਰਾਂ ਨੂੰ ਕਿਵੇਂ ਸਜਾਉਣਾ ਹੈ। ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਦੇਖੋ ਪਹਿਲੇ ਕੀ ਸੀ, ਅਕਾਲੀ ਪੰਥਕ ਸਰਕਾਰ ਦੇ ਬਾਅਦ ਕਿੰਨਾ ਖੂਬਸੂਰਤ ਬਣਾਇਆ ਗਿਆ, ਤਲਵੰਡੀ ਸਾਹਿਬ ਉਹ ਤੱਕ ਕਿਵੇਂ ਬਣਾਇਆ ਗਿਆ, ਮੁਕਤਸਰ ਸਾਹਿਬ, ਤਰਨ ਤਾਰਨ ਸਾਹਿਬ, ਸਾਰੀ ਜਗ੍ਹਾ 'ਤੇ ਉਹਨਾਂ ਨੂੰ ਹਰ ਕਿਸਮ ਦੀ ਸਹੂਲਤ ਉੱਥੇ ਦਿੱਤੀ ਗਈ। ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕਿਵੇਂ ਡਿਵੈਲਪ ਕੀਤਾ ਗਿਆ, ਆਹ ਸਾਹਮਣੇ ਦਰਬਾਰ ਸਾਹਿਬ ਦੇ ਸਾਹਮਣੇ ਦੇਖੋ ਕਿਵੇਂ ਸਾਰੀ ਜਗ੍ਹਾ, ਕਿਵੇਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਨੂੰ ਡਿਵੈਲਪ ਕੀਤਾ ਗਿਆ। ਅਸੀਂ ਕਿਸੇ ਦੇ ਕਿਸੇ ਦੀ ਆਸਾਨ ਕਰਕੇ ਨਹੀਂ, ਕਿਤੇ ਇਸ਼ਤਿਹਾਰ ਕੱਢ ਕੇ ਨਹੀਂ, ਦਿਲੋਂ ਸੇਵਾ ਸੰਭਾਲੀ। ਇੱਕੋ ਹੀ ਮਕਸਦ ਸੀ ਕਿ ਆਪਾਂ ਆਪਣੀ ਕੌਮ ਦਾ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਜਾਏ, ਕੌਮ ਦੀ ਚੜ੍ਹਦੀ ਕਲਾ ਹੋਏ। ਜਿੱਥੇ ਵੀ ਆਪਣੇ ਕਿਸੇ ਆਪਣੇ ਪੰਜਾਬੀ ਨੂੰ ਜਾਂ ਖਾਲਸਾ ਪੰਥ ਦੇ ਕਿਸੇ ਜੀ ਨੂੰ ਕਿਤੇ ਵੀ ਕੋਈ ਸਮੱਸਿਆ ਹੁੰਦੀ ਦੇਸ਼ ਵਿੱਚ ਜਾਂ ਦੁਨੀਆ 'ਚ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਪੰਥ ਦੀ ਸਰਕਾਰ ਉਹਦੇ ਅੱਗੇ ਨਾਲ ਲੱਕ ਜੋੜੇ ਜੁੜਦੇ। ਇਕੱਲਿਆਂ ਨੇ
ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ, ਕਿਸਾਨੀ ਨੂੰ ਕਿਵੇਂ ਉਹਦੀ ਮੁਸ਼ਕਿਲ ਦੂਰ ਕਰਨੀ ਹੈ। ਤੁਸੀਂ ਦੇਖ ਲਓ, ਭਾਵੇਂ ਖਾਲੇ ਹੈ, ਭਾਵੇਂ ਕੱਸੀਆਂ, ਭਾਵੇਂ ਅੰਡਰਗਰਾਊਂਡ ਪਾਈਪ ਸਿਸਟਮ ਹੈ, ਭਾਵੇਂ ਮੰਡੀਆਂ, ਭਾਵੇਂ ਲਿੰਕ ਰੋਡ ਹੈ, ਭਾਵੇਂ MSP ਹੈ, ਸਾਰਾ ਕੁਛ ਹੀ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਕੀਤਾ ਗਿਆ। ਕਿਸੇ ਹੋਰ ਦੀ ਇੱਕ ਨਿਸ਼ਾਨੀ ਨਹੀਂ ਹੈ। ਗਰੀਬ ਨੂੰ ਕੁਛ ਵੀ ਸਹੂਲਤ ਹੋਏ, ਭਾਵੇਂ ਆਟਾ ਦਾਲ ਹੈ, ਭਾਵੇਂ ਸ਼ਗਨ ਹੈ, ਭਾਵੇਂ ਪੈਨਸ਼ਨ ਹੈ, ਭਾਵੇਂ ਸਕੋਲਰਸ਼ਿਪ ਹੈ। ਸਾਹ ਪ੍ਰਕਾਸ਼ ਸਿੰਘ ਬਾਦਲ 50 ਸਾਲ ਅਗਵਾਈ ਕਰਦੇ, ਉਹਨਾਂ ਨੂੰ ਪਤਾ ਸੀ, ਪਿੰਡ ਪਿੰਡ ਜਾਂਦੇ, ਘਰ ਘਰ ਜਾਂਦੇ, ਗਰੀਬ ਦੇ ਘਰੇ ਬਹਿੰਦੇ, ਰੋਟੀ ਖਾਂਦੇ, ਬਹਿ ਕੇ ਸੁਣਦੇ ਗੱਲਾਂ, ਕਿਉਂਕਿ ਸੋਚ ਅਕਾਲੀ ਦਲ ਦੀ। ਅਕਾਲੀ ਦਲ ਦਾ ਮਤਲਬ ਪੰਜਾਬ, ਅਕਾਲੀ ਦਲ ਦਾ ਮਤਲਬ ਖਾਲਸਾ ਪੰਥ ਦੀ ਫੌਜ, ਪੰਜਾਬੀਆਂ ਦੀ ਆਵਾਜ਼। ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਜਿਹੜੀ ਝੁਕਣ ਵਾਲੀ ਨਹੀਂ। ਅੱਜ ਪੰਜਾਬ ਵਿੱਚ ਸੜਕਾਂ ਬਣ ਗਈਆਂ, ਹਾਈਵੇ ਬਣ ਗਏ, ਏਅਰਪੋਰਟ ਬਣ ਗਏ, ਆਪਣੇ ਤੁਸੀਂ ਦੇਖੋ ਤਰੱਕੀ, ਉਹਦੇ ਮਗਰ ਕੌਣ ਹੈ? ਸ਼੍ਰੋਮਣੀ ਅਕਾਲੀ ਦਲ। ਇੱਕ ਨਿਸ਼ਾਨੀ ਨਹੀਂ ਕਿਸੇ ਦੀ, ਇੱਕ ਨਿਸ਼ਾਨੀ ਨਹੀਂ ਕਿਸੇ ਦੀ। ਆਪਾਂ ਜਿੰਨਾ ਮਰਜ਼ੀ ਲੋਕ ਆਉਂਦੇ ਹੈ ਨਾਂ ਲੈ ਕੇ ਗੁੰਮਰਾਹ ਕਰਕੇ, ਜਦੋਂ ਸਾਰੀਆਂ ਇਹਦੀਆਂ ਤਾਕਤਾਂ ਨੇ, ਇਹ ਜੀ ਤਾਕਤਾਂ ਨੇ ਦੇਖਿਆ ਕਿ ਇਹ ਸ਼ਹੀਦਾਂ ਦੀ ਜਥੇਬੰਦੀ ਨੂੰ, ਇਸ ਤਾਕਤ ਨੂੰ, ਇਸ ਉਹਦੀ ਲੋਕਪ੍ਰਿਅਤਾ ਨੂੰ ਕਿਵੇਂ ਰੋਕਿਆ ਜਾਏ, ਫਿਰ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ, ਇਹ ਜਿਹੀਆਂ ਜਥੇਬੰਦੀਆਂ ਖੜੀਆਂ ਹੋ ਗਈਆਂ। ਵੱਡੇ ਬਾਦਲ ਸਾਹਿਬ ਜਦੋਂ ਸਰਕਾਰ 'ਚ ਵੀ ਸੀ ਅਖੀਰ 'ਚ, ਉਹ ਤੋਂ ਬਾਅਦ ਬਿਮਾਰ ਵੀ ਰਹੇ ਹੈ, ਜਦੋਂ ਵੀ ਮੈਂ ਉਹਨਾਂ ਕੋਲ ਜਾਂਦਾ, ਉਹਨਾਂ ਕੋਲ ਬਹਿੰਦਾ, ਮੈਨੂੰ ਉਹ ਇੱਕ ਗੱਲ ਕਹਿੰਦੇ ਰਹਿੰਦੇ ਕਿ ਮੇਰੀ ਜ਼ਿੰਦਗੀ 'ਚ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਮੈਂ, ਮੇਰੇ ਚੀਫ ਮਿਨਿਸਟਰ ਹੁੰਦੇ, ਪੰਥੀ ਸਰਕਾਰ ਦੇ ਹੁੰਦੇ, ਬੇਅਦਬੀ ਹੋਈ। ਮੈਨੂੰ ਦੁੱਖ ਹੈ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ, ਮੌਕਾ ਨਹੀਂ ਦਿੱਤਾ ਗਿਆ। ਤਾਕਤਾਂ ਉਦੋਂ ਅਜਿਹੀਆਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਬਹਾਨਾ ਲੱਭਿਆ ਕਿ ਆਹ ਮੌਕਾ ਮਿਲ ਗਿਆ ਕਿ ਸਿਆਸਤ ਕਰੋ। ਸਾਰਿਆਂ ਨੇ ਇਕੱਠੇ ਹੋ ਕੇ ਸੰਗਤਾਂ ਦੀਆਂ ਭਾਵਨਾ ਨੂੰ ਹੋਰ ਉਜਾਰਿਆ ਅਤੇ ਪ੍ਰੈਸ਼ਰ ਇੰਨਾ ਪਾ ਦਿੱਤਾ ਕਿ ਸਾਨੂੰ ਮਜਬੂਰ ਕਰ ਦਿੱਤਾ ਕਿ CBI ਨੂੰ ਦੇਣਾ ਪਏ ਕਿ ਆਪ ਅਕਾਲੀ ਦਲ ਦੀ ਸਰਕਾਰ ਇਹਦੀ ਇਨਕੁਆਇਰੀ ਨਾ ਕਰੇ, ਦੋਸ਼ੀਆਂ ਨੂੰ ਨਾ ਫੜੇ। ਉਹ ਮੈਨੂੰ ਬਾਦਲ ਸਾਹਿਬ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ, ਮੇਰੇ ਰਾਜ ਵਿੱਚ ਬੇਅਦਬੀ ਹੋਈ ਹੋਏ ਅਤੇ ਮੈਂ ਆਪਣੇ ਦੋਸ਼ੀਆਂ ਨੂੰ ਨਾ ਫੜ ਸਕਾਂ। ਮੈਨੂੰ ਉਹਨਾਂ ਨੇ ਕਈ ਵਾਰ ਕਿਹਾ, ਕਹਿੰਦਾ ਜੇ ਪਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ, ਆਹ ਦੋਸ਼ੀਆਂ ਨੂੰ ਜ਼ਰੂਰ ਫੜ ਕੇ ਅੰਦਰ ਕਰਨਾ। ਹੋਇਆ ਕੀ? ਕਿਤੇ ਆਪਾਂ ਪਛਾਣਿਆ ਕਿ ਬੇਅਦਬੀ ਹੋਈ, ਉਹਦੇ ਬਾਅਦ ਸਿਆਸਤ ਹੀ ਹੋਈ, ਦੋਸ਼ੀਆਂ ਤਰਫ ਤਾਂ ਕਿਸੇ ਨੇ ਗਿਆ ਹੀ ਨਹੀਂ, ਕੋਈ ਨਾ ਕਿਸੇ ਨੇ ਦੋਸ਼ੀ ਫੜੇ, ਨਾ ਫੜਨ ਦਾ ਨਿਸ਼ਾਨਾ ਰੱਖਿਆ। 24 ਘੰਟੇ ਸਾਰੇ ਅਕਾਲੀ ਦਲ, ਅਕਾਲੀ ਦਲ, ਬਾਦਲ, ਅਕਾਲੀ ਦਲ, ਬਾਦਲ, ਅਕਾਲੀ ਦਲ। ਉਹ ਲੋਕ ਕਿੱਥੇ ਹੈ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਐਡੀ ਵੱਡੀ
ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਵੀ ਅੱਜ ਵੀ ਹੋਏ, ਕਿਸੇ ਨੇ ਉਹਨਾਂ 'ਤੇ ਆਵਾਜ਼ ਉਠਾਈ? ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ, ਕਿਸੇ ਨੇ ਆਵਾਜ਼ ਉਠਾਈ? ਪਟਿਆਲੇ ਬੇਅਦਬੀ ਹੋਈ, ਕਿਸੇ ਨੇ ਆਵਾਜ਼ ਉਠਾਈ? ਪਿਛਲੇ ਇੱਕ ਸਾਲ ਦੇ ਅੰਦਰ ਅੰਦਰ ਤਕਰੀਬਨ 10-11 ਜਗ੍ਹਾ ਬੇਅਦਬੀਆਂ ਹੋਈਆਂ, ਉਹਨਾਂ ਨੂੰ ਕੋਈ ਇੰਨਾ ਟਾਈਮ ਨਹੀਂ ਮਿਲਿਆ ਕਿ ਉੱਥੇ ਜਾ ਕੇ ਉਸ ਜਗ੍ਹਾ 'ਤੇ ਜਾ ਕੇ ਦੇਖ ਹੀ ਸਕਣ ਹੋਇਆ ਕੀ ਹੈ, ਅੱਜ ਕਿੱਥੇ ਹੈ, ਕੋਈ ਕਿਸੇ ਪਾਰਟੀ 'ਚ ਹੈ, ਕਿਸੇ ਪਾਰਟੀ 'ਚ ਹੈ। ਅਤੇ ਖਾਲਸਾ ਜੀ, ਨੁਕਸਾਨ ਕੀ ਹੋਇਆ? ਤੁਸੀਂ ਪੰਥ ਦੀ ਪਾਰਟੀ ਨੂੰ ਸਾਰੇ ਚਿੰਬੜ ਗਏ, ਉਹ ਦੋਸ਼ੀ ਚਿੰਬੜ ਗਏ ਅਤੇ ਪਾਰਟੀ ਨੂੰ ਕਮਜ਼ੋਰ ਕਰਤਾ। ਉਹ ਨਤੀਜਾ ਕੀ ਹੋਇਆ? ਤੁਹਾਡੀ ਕੌਮ 'ਤੇ ਹਮਲੇ ਹੋਣ ਲੱਗ ਗਏ, ਤੁਹਾਡੀ ਕੌਮ 'ਤੇ ਹਮਲੇ ਹੋਣ ਲੱਗ ਗਏ, ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 102 ਸਾਲ ਪੁਰਾਣੀ ਆਪਣਾ ਪਾਰਲੀਮੈਂਟ ਆ, ਕੌਮ ਦਾ ਪਾਰਲੀਮੈਂਟ ਹੈ, ਉਹਨਾਂ ਤਾਕਤਾਂ ਨੂੰ ਹਿੰਮਤ ਪੈ ਗਈ ਕਿ ਉਹ ਵੀ ਤੋੜ ਦਿੱਤਾ ਜਾਏ। ਤਾਕਤਾਂ ਨੂੰ ਮੌਕਾ ਮਿਲਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਬਜ਼ ਹੋ ਗਏ, ਪਹਿਲੇ ਸੋਚ ਨਹੀਂ ਸਕਦਾ ਸੀ। ਤਖ਼ਤ ਪਟਨਾ ਸਾਹਿਬ ਹਜ਼ੂਰ ਕਮੇਟੀ ਦੇ ਵੀ ਕਾਬਜ਼ ਹੋ ਗਏ, ਹਜ਼ੂਰ ਸਾਹਿਬ ਕਮੇਟੀ ਦੇ ਕਾਬਜ਼ ਹੋ ਗਏ, ਅਤੇ ਹਲੇ ਵੀ ਆਪਾਂ ਨਹੀਂ ਆਪਣੀ ਅੱਖਾਂ ਖੋਲ੍ਹਾਂਗੇ ਕਿ ਕੌਣ ਕੌਮ ਦਾ ਦੁਸ਼ਮਣ ਹੈ, ਕੌਣ ਕੌਮ ਦੇ ਨਾਲ ਹੈ। ਮੈਨੂੰ ਕਦੇ ਕਿਤੇ ਦੁੱਖ ਹੁੰਦਾ ਜਦੋਂ ਘਰ ਬੈਠਦਾ ਹੁੰਦਾ, ਜਦੋਂ 84 ਦੇ ਵਿੱਚ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤੇ ਗਏ, ਉਹਦੇ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਇਲੈਕਸ਼ਨ ਹੋਏ, ਮਤਲਬ ਕਾਂਗਰਸ ਕਿੰਨੀਆਂ ਸੀਟਾਂ ਲੈ ਗਈ ਇੱਥੇ ਪੰਜਾਬ 'ਚ। ਉਹਦੇ ਬਾਅਦ ਕਾਂਗਰਸ ਪਾਰਟੀ ਜਿਹਨੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ, ਜਿਹਨੇ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ, ਉਸ ਪਾਰਟੀ ਨੂੰ ਆਪਾਂ ਵਾਰ ਵਾਰ ਮੌਕਾ ਦਿੱਤਾ ਸਰਕਾਰ ਬਣਾਉਣ 'ਤੇ ਵਾਰ ਵਾਰ ਮੌਕਾ ਲੈ ਕੇ ਆਪਣੇ 'ਤੇ ਹੀ ਵਾਰ ਕੀਤੇ, ਆਪਣੇ 'ਤੇ ਹੀ ਵਾਰ ਕੀਤੇ। ਆਪਾਂ ਹਲੇ ਵੀ ਆਪਣੀ ਕੌਮ ਸਮਝਦੀ ਨਹੀਂ, ਆਪਾਂ ਕਦੋਂ ਜਾਗਾਂਗੇ, ਆਪਾਂ ਕਦੋਂ ਪਛਾਣਾਂਗੇ ਕਿ ਕਿਹੜੇ ਹੈ ਜਿਹੜੇ ਆਪਾਂ ਨੂੰ ਕਮਜ਼ੋਰ ਕਰਦੇ ਲੱਗੇ ਆ। ਦੇਖੋ, ਪੰਜਾਬ ਨੂੰ ਬਚਾਉਣ ਵਾਲਾ ਖਾਲਸਾ ਪੰਥ ਦੀ ਫੌਜ ਇਕੱਲੀ ਸ਼੍ਰੋਮਣੀ ਅਕਾਲੀ ਦਲ ਹੈ, ਜਿੰਨਾ ਮਰਜ਼ੀ ਤੁਸੀਂ ਕੋਈ ਮਰਜ਼ੀ ਕਹੀ ਜਾਏ। ਪੰਜਾਬ ਵਿੱਚ ਤੁਸੀਂ ਕਿਤੇ ਮਰਜ਼ੀ ਚਲੇ ਜਾਓ, ਇੱਕ ਪਾਸੇ ਅੱਜ ਗੁਰੂ ਦੀ ਨਗਰੀ, ਤੁਸੀਂ ਆਪਣੇ ਪਿੰਡਾਂ ਜਾਓਗੇ, ਲੈਫਟ ਰਾਈਟ ਦੇਖਦੇ ਰਹੋ, ਜੋ ਕੁਛ ਵੀ ਬਣਿਆ, ਜੋ ਕੁਛ ਵੀ ਤਰੱਕੀ ਦੇਖ ਰਹੇ ਹੋ, ਇਕੱਲੀ ਪੰਥ ਦੀ ਸਰਕਾਰ ਨੇ, ਅਕਾਲੀ ਦਲ ਦੀ ਸਰਕਾਰਾਂ ਨੇ ਕੀਤਾ, ਹੋਰ ਕਿਸੇ ਨੇ ਨਹੀਂ। ਵੱਡੇ ਬਾਦਲ ਸਾਹਿਬ ਦੇ ਮਨ 'ਚ ਬਹੁਤ ਜ਼ਿਆਦਾ ਬੋਝ ਰਿਹਾ ਇਸ ਗੱਲ ਦਾ। ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ, ਮੈਂ ਇਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ, ਮੁੱਖ ਸੇਵਾਦਾਰ ਹੋਣ ਦੇ ਨਾਤੇ, ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ 'ਚ ਆਪਾਂ ਬਿਰਾਜਮਾਨ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫ਼ੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ, ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ, ਕਿਸੇ ਦਾ ਦੁੱਖ ਦਿਖਾਇਆ ਹੋਏ, ਅਸੀਂ
ਮਾਫੀ ਚਾਹੁੰਦੇ ਹਾਂ। ਜੇ ਕਿਸੇ ਦਾ, ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ, ਕਿਉਂਕਿ ਆਮ ਸੰਗਤ ਦੇ ਵਿੱਚ ਮਨ 'ਚ ਹੈ ਕਿ ਪੰਥਕ ਸਰਕਾਰ ਸੀ, ਹਾਂ ਪੰਥਕ ਸਰਕਾਰ ਸੀ, ਪਰ ਕਿਵੇਂ ਹੋਇਆ? ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤਾਂ ਸਾਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ, ਉਹਦੇ ਵੀ ਮਾਫ਼ੀ ਕਿ ਅਸੀਂ ਨੇ ਦੋਸ਼ੀ ਫੜ ਸਕੇ, ਪਰ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਜੇਲ੍ਹਾਂ 'ਚ ਪਾਵਾਂਗੇ, ਅਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ। ਮੈਂ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਤਰਫੋਂ ਵੀ, ਕਿਉਂਕਿ ਉਹਨਾਂ ਨੇ, ਕਿਉਂਕਿ ਅੱਜ ਆਪਣੇ ਵਿੱਚ ਨਹੀਂ ਰਹੇ, ਐਜ਼ ਮੁੱਖ ਸੇਵਾ ਦਾ ਤਰਫੋਂ, ਅਤੇ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਤਰਫੋਂ, ਅਤੇ ਸਮੁੱਚੀ ਪਾਰਟੀ ਦੇ ਵਰਕਰ, ਕਿਉਂਕਿ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੀ ਇੱਕ ਜਾਨ ਹੁੰਦੇ ਹੈ। ਅਸੀਂ ਪਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪਰਮਾਤਮਾ ਜਾਣੇ ਅਣਜਾਣੇ ਸਾਥੋਂ ਕੋਈ ਭੁੱਲ ਹੋਈ ਹੋਏ, ਅਸੀਂ ਸਿਰ ਝੁਕਾ ਕੇ ਮਾਫ਼ੀ ਮੰਗਦੇ ਹਾਂ। ਅਸੀਂ ਜੋ ਗੁਰੂ ਸਾਹਿਬਾਂ ਦੇ ਦੱਸੇ ਹੋਏ ਰਸਤੇ ਸਿਧਾਂਤਾਂ 'ਤੇ, ਜਿਵੇਂ ਸਿਧਾਂਤ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ, ਸਰਬੱਤ ਦੇ ਭਲੇ ਦਾ, ਪੰਜਾਬ ਨੂੰ ਤਰੱਕੀ ਲੈਂਦੇ, ਉਸੇ ਸਿਧਾਂਤਾਂ 'ਤੇ ਸਾਡੇ ਸਿਰ 'ਤੇ ਹੱਥ ਰੱਖਣ ਸਾਰੇ ਸਮੁੱਚੀ ਵਰਕਰਾਂ 'ਤੇ, ਸਾਡੀ ਜਥੇਬੰਦੀ 'ਤੇ, ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਉਹ ਲੀਆਂ 'ਤੇ ਲੈ ਕੇ ਆਈਏ। ਕਿਉਂਕਿ ਜੈ ਜੀ ਹਾਲਾਤ ਬਣ ਗਈ ਆ ਪੰਜਾਬ ਵਿੱਚ, 5 ਸਾਲ ਕਾਂਗਰਸ ਦੇ ਅਤੇ ਜਿਹੜਾ ਹੁਣ ਹੁਕਮਰਾਨ ਆਏ ਹੈ, ਜਿਸ ਤਰੀਕੇ ਨਾਲ ਲੱਗੇ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਗੁਰੂ ਘਰਾਂ 'ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਆਪਣੇ ਪੁਲਿਸ ਰਾਹੀਂ ਐਜਾ ਸੀਨ ਆਪਾਂ ਅੱਜ ਤੱਕ ਨਹੀਂ ਕਿਤੇ ਦੇਖਿਆ। ਸੋ ਆਪਣੀ ਫੌਜ ਨੂੰ ਬਲ ਬਖਸ਼ਣ, ਅਸੀਂ ਇਹ ਜੇ ਦੁਸ਼ਮਣਾਂ ਦਾ ਸਾਹਮਣਾ ਕਰ ਸਕੀਏ, ਅਤੇ ਪੰਜਾਬ ਨੂੰ ਇਕੱਠਾ ਕਰਕੇ ਅਸੀਂ ਸੱਚੀ ਅਗਵਾਈ ਜਿਹੜੀ ਪਹਿਲੇ ਦਿੰਦੇ ਰਹੇ ਹਾਂ, ਉਹ ਸੱਚੀ ਅਗਵਾਈ ਦੇ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਲੜਾਈ ਲੜੀਏ, ਅਤੇ ਪੰਜਾਬ ਦੀ ਤਰੱਕੀ ਵਾਸਤੇ ਲੜਾਈ ਲੜੀਏ। ਮੈਂ ਇੱਕ ਹੋਰ ਵੀ ਬੇਨਤੀ ਕਰਦਾ ਕਿ ਸਾਰੇ ਪੰਥਕ ਸੋਚ ਰੱਖਣ ਵਾਲੇ, ਜਿਹੜੇ ਇੱਕ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਦੇ ਦਿਲ 'ਚ ਮਨ 'ਚ ਸ਼੍ਰੋਮਣੀ ਅਕਾਲੀ ਦਲ ਹੈ, ਜਿਨ੍ਹਾਂ ਦੇ ਖੂਨ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਹੈ ਜਿਹੜੀਆਂ ਧਿਰਾਂ ਅਲੱਗ ਅਲੱਗ ਹਿੱਸੇ ਵੰਡਣਾ ਚਾਹੁੰਦੀਆਂ। ਮੈਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਏਕਤਾ ਵਿੱਚ ਹੀ ਤਾਕਤ ਹੈ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਜੇ ਮੇਰੇ ਕੋਈ ਲਫ਼ਜ਼ਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ, ਜਾਂ ਸਾਡੇ ਕਿਸੇ ਲੀਡਰਸ਼ਿਪ ਦੇ ਕਹਿਣ ਨਾਲ ਕਿਸੇ ਨੂੰ ਕੋਈ ਦੁੱਖ ਪਹੁੰਚਿਆ, ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ। ਮੈਂ ਸਾਰਿਆਂ ਨੂੰ ਆਹੀ ਅਪੀਲ ਕਰਦਾ ਕਿ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਕਿਉਂਕਿ ਆਪਣੀ ਕੌਮ 'ਤੇ ਧੱਕੇ ਸ਼ੁਰੂ ਹੋ ਗਏ। ਇੱਕ ਤਾਕਤਵਰ ਫੌਜ ਹੀ, ਇੱਕ ਤਾਕਤਵਰ ਫੌਜ ਹੀ ਇਹਨਾਂ ਦੁਸ਼ਮਣਾਂ ਨੂੰ ਨਕਾਰ ਕੇ ਸਿੱਟੇਗੀ।
ਅਤੇ ਪੰਜਾਬ ਵਿੱਚ ਖਾਲਸਾ ਪੰਥ ਵਿੱਚ ਵਾਪਸ ਖੁਸ਼ੀਆਂ ਲੈ ਕੇ ਆਏਗੀ। ਅਤੇ ਮੈਂ ਬੇਨਤੀ ਕਰਦਾ ਕਿ ਆਪਣੀ ਜਿਹੜੀ ਤਾਕਤ ਹੈ, ਕਿਉਂਕਿ ਆਪਣੇ ਸਾਹਮਣੇ ਬੜੇ ਮਸਲੇ ਆ ਗਏ ਹੈ, ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦਾ ਮਸਲਾ ਹੈ, ਆਪਣੇ ਗੁਰੂ ਘਰਾਂ ਜਿਨ੍ਹਾਂ 'ਤੇ ਕਬਜ਼ਾ ਕਰੀ ਬੈਠੇ ਹੈ ਉਹ ਵਾਪਸ ਸੇਵਾ ਸੰਭਾਲ ਖਾਲਸਾ ਪੰਥ ਵਿੱਚ ਲਿਆਉਣ ਦੀ ਆਪਣੇ ਕੋਲ ਬੜੇ ਚੁਣੌਤੀਆਂ। ਇੱਕ ਹੁਣ ਜਿਹੜੀਆਂ ਕਮੇਟੀ ਦੀਆਂ ਇਲੈਕਸ਼ਨਾਂ ਆਉਣਗੀਆਂ, ਉੱਥੇ ਵੀ ਆ ਏਜੰਸੀਆਂ ਦੇ ਲੋਕ ਇਕੱਠੇ ਹੋ ਕੇ ਆ ਫਿਰ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨਗੇ। ਆ ਸਾਰੀ ਤਾਕਤ ਤਾਂ ਆਪਾਂ ਸਾਹਮਣਾ ਕਰ ਸਕਾਂਗੇ ਜੇ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਖਾਲਸਾ ਪੰਥ ਦੀ ਫੌਜ ਸ਼੍ਰੋਮਣੀ ਅਕਾਲੀ ਨੂੰ ਤਗੜਾ ਕਰੀਏ ਫਤਿਹ। ਅਤੇ 20 ਤਰੀਕ ਨੂੰ ਆਪਾਂ ਸਾਰੇ ਦਿੱਲੀ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਆਪਾਂ ਸਾਰੇ ਉੱਥੇ ਇਕੱਠੇ ਹੋਣਾ ਅਤੇ ਆਪਣੇ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਛੁਡਾ ਕੇ ਲਿਆਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਹਾਨ ਸ਼ਹੀਦਾਂ ਦੀ ਜਥੇਬੰਦੀ, ਉਹਦੇ ਪਿਛੋਕੜ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਸਾਰੇ ਤੁਹਾਡੇ ਨਾਲ ਮੁਲਾਂਕਣ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਸੋ ਆਓ ਪ੍ਰਧਾਨ ਸਾਹਿਬ ਨੂੰ ਸਿਰਪਾਓ ਦੀ, ਅਖੰਡ ਪਾਠ ਸਾਹਿਬ ਦੀ ਖੁਸ਼ੀ ਦੇ ਵਿੱਚ ਸਿਰਪਾਓ ਦੀ ਬਖਸ਼ਿਸ਼ ਹੋਣੀ ਆ, ਉਹ ਤੋਂ ਬਾਅਦ ਦੇਗ ਅਤੇ 12 ਵਜੇ